हमारा सबसे ज्यादा एम्फेसिस छोटे व्यापारी और एमएसएमई के ऊपर है। आपकी सारी प्रॉब्लम्स को दूर करने की जिम्मेदारी मेरी, आम आदमी पार्टी की सरकार की, ये मैं गारंटी देता हूँ। अगर ना करूँ तो आप मेरी बात मत करना। भगवंत मान ਤਾਂ ਕਹਿੰਦੇ ਹੁੰਦੇ ਸੀ ਵੀ ਦਿੱਕਤ ਹੀ ਨਹੀਂ ਆਉਣੀ ਵਪਾਰੀਆਂ ਨੂੰ, ਤਾਂ ਮੀਟਿੰਗਾਂ ਕਰਦੇ ਆ ਤੇ ਤੁਹਾਨੂੰ ਦੇਖੋ ਜੀ, ਸਾਨੂੰ ਤਾਂ ਹਜੇ ਤੱਕ ਕੱਲੀਆਂ ਦਿੱਕਤਾਂ ਹੀ ਆਈ ਜਾਂਦੀਆਂ ਇਹਨਾਂ ਤੋਂ। ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ, ਦੁਕਾਨਦਾਰ ਤਾਂ ਬਸ ਸੁਸਾਈਡ ਕਰਨ ਚੁੱਗਾ ਹੋਇਆ, ਇਹ ਹਿਸਾਬ ਹੋਇਆ ਪਿਆ। 16,000 ਰੁਪਏ ਦਾ ਇੱਕ ਦੁਕਾਨਦਾਰ ਦਾ ਚਲਾਨ ਕੱਟਿਆ ਗਿਆ ਜੀ। ਛੋਟੇ ਛੋਟੇ ਦੁਕਾਨਦਾਰ ਆ, 3,000 ਰੁਪਇਆ, 5,000 ਰੁਪਇਆ ਮੁਲਾਜ਼ਮਾਂ ਦਾ, 10,000 ਰੁਪਇਆ ਦੁਕਾਨਾਂ ਕਿਰਾਏ ਤੇ ਬੈਠੇ ਆ ਜੀ। ਖਰਚੇ ਨਿਕਲ ਨਹੀਂ ਰਹੇ, ਸੁਬਹ ਤੋਂ ਸ਼ਾਮ ਤੱਕ ਕੋਈ ਗਾਹਕ ਨਹੀਂ ਆਉਂਦਾ। ਇਹ ਉਸ ਚੀਜ਼ਾਂ ਨੂੰ ਸਲਿਊਸ਼ਨ ਨਹੀਂ ਕਰਦੇ, ਹੋਰ ਹੀ ਪਾਸੇ ਭਗਾਈ ਮਾਰੀ ਜਾਂਦੇ ਹੈਗੇ, ਜਿਹੜੇ ਕੰਮ ਕਰਨ ਵਾਲੇ ਉਹ ਕਰਦੇ ਨਹੀਂ ਕੋਈ। ਸਵੇਰ ਦਾ ਗਾਹਕ ਦਾ ਕੋਈ ਐਵੇਂ ਚਲਾਨ ਤੇ ਚਲਾਨ ਕੱਟੀ ਜਾਂਦੇ ਜੀ। ਇੰਨਾ ਸਹਿਮ ਦਾ ਮੋਲ ਬਣਾ ਰੱਖਿਆ ਦੁਕਾਨਦਾਰਾਂ ਦੇ ਵਿੱਚ ਵੀ ਉਹ ਦੁਕਾਨਾਂ ਬੰਦ ਕਰਨ ਤੱਕ ਮਜਬੂਰ ਹੋ ਰਹੇ। ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਹੈ, ਕੁਰਕਰੇ ਵਗੈਰਾ, ਉਹਨਾਂ ਦੇ ਲਿਫਾਫੇ ਜਿਹੜੇ ਗਲਦੇ ਹੀ ਨਹੀਂ, ਉਹ ਕਿਵੇਂ ਯੂਜ਼ ਹੋ ਰਹੇ ਆ? ਵੱਡੇ ਲੈਵਲ ਤੇ ਬੰਦ ਕਰਨ ਆਮ ਜਨਤਾ ਨੂੰ ਤਾਂ ਮਤਲਬ ਹੀ ਨਹੀਂਗਾ। ਆਮ ਆਦਮੀ ਦੀ ਸਰਕਾਰ ਆ, ਆਮ ਬੰਦੇ ਨੂੰ ਤੰਗ ਕਰੀ ਜਾਂਦੇ ਆ। ਦੁਕਾਨਦਾਰ ਦੀ ਕਿੰਨੀ ਕੁ ਵੈਲਿਊ?